ਪੱਤਰਕਾਰਾਂ ਨੂੰ ਵਿਚੋਲਾ ਬਣਾ ਕੇ ਦਿਹਾੜੀਦਾਰ ਮਜ਼ਦੂਰਾਂ ਤੋਂ ਪੁਲਿਸ ਮੁਲਾਜ਼ਮਾਂ ਨੇ ਕਿਵੇਂ ਲਈ 10,000 ਰੁਪਏ। ਵੀਡੀਓ ਹੋ ਰਹੀ ਹੈ ਵਾਇਰਲ। ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਨਿਵਾਸੀ ਲਕਸ਼ਮਣਜੀਤ ਸਿੰਘ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ, ਪੁਲਿਸ ਨੇ ਮੇਰੇ ਬੇਟੇ ਮਮਤੇਜ ਮੋਟਰਸਾਈਕਲ ਦਾ ਪਰਚਾ ਪਾ ਦਿੱਤਾ, ਜਦਕਿ ਅਸੀਂ ਜ਼ਮਾਨਤ ਦੇ ਸਬੰਧ ਵਿੱਚ ਚਲਾਨ ਦਾ ਪਤਾ ਬਾਰੇ ਜਾਣਕਾਰੀ ਲੈਣ ਦੇ ਲਈ ਸੀ। ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡਾ ਚੌਂਕੀ ਦੇ ਤੈਨਾਤ ਮੁਲਾਜ਼ਮ ਗੁਰਬਾਜ ਸਿੰਘ ਨੂੰ ਮਿਲੇ ਤਾਂ ਉਹਨਾਂ ਨੇ ਚਲਾਨ ਦਾ ਕਸਿਤ ਖਰਚਾ 10 ਤੋਂ 8,000 ਦੱਸਿਆ। ਉਸ ਨਾਲ ਸਾਡਾ ਸੌਦਾ 10,000 ਦੇ ਵਿੱਚ ਤੈਨਾਤ ਹੋਇਆ ਸੀ। ਇਸ ਸਹੀ ਗੁਰਬਾਜ ਸਿੰਘ ਮੁਕਤਸਰ ਚੌਂਕੀ ਥਾਣੇ ਦਾ ਸਿਟੀ ਥਾਣੇ ਦਾ ਜੀ, ਉਹਨੇ ਸਾਡੇ ਬੱਚੇ 'ਤੇ ਨੱਕਾ ਪਰਚਾ ਪਾਇਆ 700, ਉਸਨੇ 10,000 ਰੁਪਇਆ ਲਿਆ ਨੱਕਾ। ਸਾਨੂੰ ਕਹਿੰਦਾ ਵੀ ਤੁਸੀਂ ਜਵਾਨਤ ਕਰਾ ਲਓ ਅਤੇ ਜਦੋਂ ਜਵਾਨਤ ਹੋ ਗਈ ਮੇਰੇ ਕੋਲ ਆ ਜਾਓ, ਮੈਂ ਤੁਹਾਡੇ ਬੱਚੇ ਦੀ ਰਿਸ਼ਤ ਪਾ ਕੇ ਇੱਥੇ ਤੁਹਾਨੂੰ ਤੁਹਾਡੇ ਕੋਲ ਛੱਡ ਦਿੰਦਾ, ਤੁਹਾਡੇ 'ਤੇ ਕੋਈ ਅਸਰ ਨਹੀਂ ਕਰੂੰਗਾ, ਤੁਹਾਨੂੰ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰੂੰਗਾ ਕਿਸੇ ਗੱਲ ਦੇ ਵਿੱਚ ਵੀ। ਜਿਹੜਾ ਤੁਸੀਂ 10,000 ਰੁਪਇਆ ਲੈਣਾ ਇਹ ਮੈਂ ਚਲਾਨ ਪੇਸ਼ ਕਰਨਾ ਗਾ, ਮੇਰਾ 7 ਤੋਂ 8 ਦੇ ਵਿੱਚ ਮੇਰਾ ਚਲਾਨ ਪੇਸ਼ ਕਰਨ 'ਤੇ ਖਰਚਾ ਆਊਗਾ, ਉਹ ਮੈਂ ਤੁਹਾਨੂੰ ਲੈ ਰਿਹਾ। ਅਤੇ ਉਹ ਚਲਾਨ ਪੇਸ਼ ਕੀਤਾ ਨਹੀਂ ਫਿਰ ਜੀ? ਨਹੀਂ, ਚਲਾਨ ਪੇਸ਼ ਅਜੇ ਉਹਨੇ ਕੀਤਾ ਨਹੀਂ। ਜਿੱਦੇ ਉਹਨੇ ਸਾਡੀ ਤੇਰੀ ਜਵਾਨਤ ਹੋਣੀ ਸੀਗੀ ਜੀ, ਉਦੇ ਉਹਨੇ ਜਵਾਨਤ ਪੇਸ਼ ਤੇਰੀ ਜੱਜ 'ਤੇ ਪੇਸ਼ ਹੋ ਕੇ ਇਹ ਗੱਲ ਕਹਿਤੀ ਕਿ ਇਸ ਬੱਚਾ 'ਤੇ ਨਾ ਬੰਦਾ ਤੋਂ ਮੈਂ 26 ਮੋਟਰਸਾਈਕਲ ਵਹੀਕਲ ਬਰਾਮਦ ਕਰ ਚੁੱਕਿਆ ਗਾ। ਸਾਡੇ ਕੋਲੋਂ ਉਸ ਬੰਦੇ ਨੇ ਨਾ ਸਾਡੇ ਘਰ ਗੇੜਾ ਮਾਰਿਆ ਗਾ ਅਤੇ ਨਾ ਹੀ ਸਾਡੇ ਕੋਲ ਉਹਨੇ ਕੋਈ ਬਰਾਮਦ ਕੀਤਾ। ਬਾਹਰ ਦੀ ਬਾਅਦ ਉਸ ਤੋਂ ਬਾਅਦ ਅਸੀਂ ਚੰਡੀਗੜ੍ਹੋਂ ਹਾਈਕੋਰਟ 'ਚੋਂ ਜਵਾਨਤ ਕਰਾਈ ਆ। ਸਾਡਾ 1.25 ਲੱਖ ਰੁਪਇਆ ਖਰਚਾ ਹੋ ਗਿਆ ਚੰਡੀਗੜ੍ਹ ਜਵਾਨਤ ਕਰਾਉਣ 'ਤੇ, 3 ਅਸੀਂ ਗੇੜੇ ਲਾਇਆ, 1 ਸਾਡਾ ਚੰਡੀਗੜ੍ਹ ਜਾਂਦਾ ਚਲਾਨ ਕੱਟੇਗਾ ਬੱਤਰਾਂ 'ਤੇ, 10,000 ਰੁਪਇਆ ਸਾਨੂੰ ਉੱਥੇ ਖਰਚਾ ਪੈ ਗਿਆ। ਅਸੀਂ 4 ਬੰਦੇ ਜਾਂਦੇ ਗਏ ਚੰਡੀਗੜ੍ਹ, 5-7 ਹਜ਼ਾਰ ਰੁਪਇਆ ਸਾਡਾ ਖਰਚਾ ਰੋਟੀ ਚਾਹ ਪਾਣੀ ਦਾ ਖੋ ਜਾਂਦਾ ਸੀਗਾ ਜੀ, ਬਾਕੀ 5-6 ਹਜ਼ਾਰ ਰੁਪਏ ਦਾ ਗੱਡੀ ਡੀਜ਼ਲ ਖਾ ਜਾਂਦੀ ਸੀਗੀ। ਸਾਡੀ ਬੇਨਤੀ ਹੱਥ ਬੰਨ ਕੇ ਵੀ ਸਾਡੀ ਸਾਨੂੰ ਇਸ ਗੱਲ ਦਾ ਇਨਸਾਨ ਮਿਲ ਜਾਵੇ। ਪੈਸੇ ਆ ਜਿਹੜੇ ਇਹ ਕੈਸ਼ ਦਿੱਤਾ ਸੀ ਕਿੱਥੇ ਦਿੱਤੇ ਸੀ ਜਿਹੜੇ? ਇਹ ਥਾਣੇ ਚੌਂਕੀ ਦਿੱਤਾ ਜੀ ਕੈਸ਼ ਜਮ੍ਹਾਂ। ਇੱਕ ਪੱਤਰਕਾਰ ਆ ਜੀ ਮੁਕਤਸਰ ਦਾ, ਉਹਦਾ ਨਾਂ ਨਹੀਂ ਮੈਂ ਜਾਣਦਾ, ਅਤੇ ਉਹਨੇ ਸਾਥੋਂ ਵਿਚੋਲਾ ਬਣ ਕੇ ਉਹਨੇ ਦਵਾਏ, ਉਹਨੇ ਸਾਥੋਂ ਫੜ ਕੇ ਆਪਦੇ ਲਿਫਾਫੇ 'ਚੋਂ ਪਾ ਲਏ, ਲਿਫਾਫੇ 'ਚੋਂ ਕੱਢ ਕੇ ਉਹਨੇ ਥਾਣੇ ਦਾ ਦਿੱਤੇ। ਸਾਡੇ ਕੋਲ ਵੀਡੀਓ ਉਹਦੀਆਂ ਜਿੰਨੀਆਂ ਗੱਲਾਂ ਕਰੀਆਂ ਸਾਰੀਆਂ ਸਾਡੇ ਕੋਲ ਰਿਕਾਰਡ ਆ ਮੋਬਾਈਲ ਦੇ ਵਿੱਚ, ਅਤੇ ਵੀਡੀਓ ਉਹਦੀ ਬਣੀ ਵੀ ਆ, ਯਾਨੀ ਕਿ ਇੰਨਾ ਕਾ ਵੀ ਕਾਊਂਟਰ ਦੇ ਉੱਤੋਂ ਪੈਸੇ ਚੱਕ ਕੇ ਉਹ ਜੇਬ 'ਚ ਪਾਉਂਦਾ ਨਹੀਂ ਆਏਗਾ, ਲਿਫਾਫੇ ਦੇ ਵਿੱਚੋਂ ਕੱਢ ਕੇ ਪੈਸੇ ਧਰਦਾ ਕਾਊਂਟਰ ਦੇ ਉੱਤੇ ਬੰਦਾ ਸਾਡੇ ਕੋਲ ਸਾਹਮਣੇ। ਅਤੇ ਕਿਸੇ ਨੂੰ ਸ਼ਿਕਾਇਤ ਨਹੀਂ ਦਿੱਤੀ ਇਸ ਬਾਬਤੇ? ਨਹੀਂ, ਅਸੀਂ ਸ਼ਿਕਾਇਤ ਦਿੱਤੀ ਨਹੀਂ ਕਿਸੇ ਨੂੰ ਹਜੇ ਤੱਕ। ਇੱਕ ਬਾਈ ਨੂੰ ਸ਼ਿਕਾਇਤ ਦਿੱਤੀ ਸੀ, ਉਹਨਾਂ 'ਤੇ ਕੋਈ ਟੇਢਾ ਬਿੰਗਾ ਹੋ ਕੇ ਕੋਈ ਪਰਚਾ ਹੋ ਗਿਆ ਸੀਗਾ, ਅਤੇ ਯਾਨੀ ਕਿ ਮੁੜ ਕੇ ਫਿਰ ਉਹ ਜਦੋਂ ਆਪ ਹੀ ਵਿਚਾਰਾ ਬੰਦਾ ਉਲਝ ਗਿਆ, ਉਹ ਤਾਂ ਸਾਡੇ ਉਹ ਤਾਂ ਬਈ ਬਸੀ ਗਿਆ। ਇਹ ਬੰਦਾ ਸਾਡੇ ਕੋਲ ਮੁਕੱਦਮੇ 'ਚ ਨਾਮਜ਼ਦ ਸੀਗਾ ਜੀ, ਮੈਂ ਉਹਨਾਂ ਦੇ ਘਰੇ ਰੇਡ ਵੀ ਕਰਕੇ ਆਇਆ ਸੀਗਾ। ਮੁਕੱਦਮਾ ਚੋਰੀ ਦੇ ਮੋਟਰਸਾਈਕਲ ਸੀਗਾ ਜੀ, ਚੋਰੀ ਕੀਤੀ ਸੀ ਇਹਨਾਂ, ਮੋਟਰਸਾਈਕਲ ਚੋਰੀ 'ਚ ਕੀਤਾ ਸੀਗਾ ਇਹਨੇ, ਅਤੇ ਇਹਨਾਂ ਦੀ ਮੈਂ ਸੈਸ਼ਨ ਕੋਰਟ 'ਚੋਂ ਬੇਲ ਵੀ ਰਿਜੈਕਟ ਕਰਾਈ ਸੀ ਜੀ, ਇਹਨਾਂ ਦੀ ਹਾਈ ਕੋਰਟ 'ਚੋਂ ਬੇਲ ਰਿਜੈਕਟ ਹੋਈ ਸੀਗੀ, ਹਾਈ ਕੋਰਟ 'ਚੋਂ ਬੇਲ ਹੋਈ ਸੀ ਪਰ ਮੇਰੇ ਕੋਲ ਸ਼ਾਮਲ ਪਤੀਸ਼ ਨਹੀਂ ਹੋਏ ਆ ਕੇ, ਅਤੇ ਇਹ ਮੁਕੱਦਮੇ ਦੀ ਦਿਸ਼ਾ ਭੜਕਾਉਣ ਦੀ ਖਾਤਰ ਹੀ ਮੇਰੇ 'ਤੇ ਐਲੀਗੇਸ਼ਨ ਲਾ ਰਹੇ ਨੇ। ਸਾਡੇ ਕੋਲੋਂ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਇਹਨਾਂ ਕੋਲੋਂ ਬਠਿੰਡੇ ਮੋਟਰਸਾਈਕਲ ਫੜੇ ਗਏ ਸੀਗੇ, 25-26 ਮੋਟਰਸਾਈਕਲ ਫੜੇ ਗਏ ਸੀਗੇ, ਉੱਥੇ ਹੀ ਇਹ ਮੋਟਰਸਾਈਕਲ ਬਰਾਮਦ ਹੋਇਆ ਜੀ। ਇਹਦੇ ਖਿਲਾਫ਼ ਬਠਿੰਡੇ ਦੇ ਵਿੱਚ 42/22 ਮੁਕੱਦਮਾ ਦਰਜ ਹੈ ਜੀ।